हेलो जी, सत श्री अकाल जी। मेरे सारे वीरां अते भैणां नूं आस करदे हाँ कि मेरे सारे वीर भैन भरा वधिया ही होणगे। लो भी अज आपां लैके आए तुहाडे वास्ते फिर तो एक नवी वीडियो। तो इस वीडियो विच आपां गल करांगे जिहड़ी 2023 दे विच नवी इमीग्रेशन ओपन होनी आ, उस टॉपिक बारे इस वीडियो विच गल करांगे। क्योंकि बहुत सारे वीरां भरावां दे मैसेज आ रहे सी मैनू कि हिसाब किताब आ फलूसी कदों ओपन होनी आ, डेट आ चुकी है कि नहीं आई। इस टॉपिक बारे बहुत सारे वीर भरावां दे मैनू मैसेज आ रहे सी, ते मैं सोचा भी चलो इस ते वीडियो बना के ते वीर भरावां नू दस्या जावे ते वीर भरावां दे डाउट क्लीयर किए जाण। लो भी ज़्यादा चिर ना लैंदे होए वीडियो करदे आ स्टार्ट। बट वीडियो स्टार्ट करन तो पहला मैं तुहानूं एक गल जरूर कहूँगा कि जिन्हां ने साडे चैनल नू हले तक सबसक्राइब नहीं किया तां चैनल नू सबसक्राइब कर लो ते बैल आइकॉन नू आल ते सैट कर लवो ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਅਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਅਤੇ ਕੁਝ ਸਿਖਾ ਸਕੋ। ਲਓ ਵੀ ਕਰਦੇ ਹਾਂ ਫਿਰ ਵੀਡੀਓ ਸਟਾਰਟ। ਅਤੇ ਦੂਜੇ ਨੰਬਰ 'ਤੇ ਨਾਲ ਹੀ ਜਿਨ੍ਹਾਂ ਨੇ ਸਾਡੇ ਇੰਸਟਾਗ੍ਰਾਮ ਦੇ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਸਾਨੂੰ ਜਾ ਕੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਵੋ। ਇੰਸਟਾਗ੍ਰਾਮ ਆਈਡੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ, ਉੱਥੋਂ ਜਾ ਕੇ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਜੇ। ਅਤੇ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਵਾ ਇਟਲੀ ਦੇ ਪੇਪਰਾਂ ਬਾਰੇ, ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ, ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ। ਲਓ ਵੀ ਫਿਰ ਕਰਦੇ ਹਾਂ ਵੀਡੀਓ ਸਟਾਰਟ। ਲਓ ਵੀ ਪਿੱਛੇ ਕੁਝ ਇੱਕ ਮਹੀਨੇ ਤੋਂ ਇੱਕ ਡੇਢ ਮਹੀਨੇ ਤੋਂ ਚੱਲ ਰਿਹਾ ਸੀ ਕਿ ਜਿਹੜੀ ਫਲੂਸੀ ਆ ਓਪਨ ਹੋਣੀ ਆ 2023 ਦੇ ਪਹਿਲੇ ਮਹੀਨੇ ਦੇ ਵਿੱਚ। ਇਹ ਰੌਲਾ ਪੈ ਰਿਹਾ ਸੀ ਬਹੁਤ ਚਿਰ ਤੋਂ, ਠੀਕ ਆ। ਵੀਰਾਂ ਭਰਾਵਾਂ ਸਾਰੇ ਪੁੱਛ ਰਹੇ ਸੀ ਕਿ ਜਿਹੜੀ ਫਲੂਸੀ ਆ ਕਦੋਂ ਓਪਨ ਹੋਣੀ ਆ। ਉਦੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਿਹੜੀ ਫਲੂਸੀ ਆ ਓਪਨ ਹੋਣੀ ਆ ਜਨਵਰੀ ਦੇ ਵਿੱਚ, ਠੀਕ ਹੈ, ਜਨਵਰੀ 'ਚ ਜਾਂ ਫਰਵਰੀ ਦੇ ਸ਼ੁਰੂ ਦੇ ਵਿੱਚ ਜਾਂ ਜਨਵਰੀ ਦੇ ਲਾਸਟ ਵਿੱਚ। ਕਿਉਂਕਿ ਪਿਛਲੇ ਸਾਲ ਜਿਹੜੀ ਫਲੂਸੀ ਓਪਨ ਹੋਈ ਸੀ ਉਹ ਇਹੋ ਹੀ 27 ਜਨਵਰੀ ਅਤੇ 1 ਫਰਵਰੀ ਨੂੰ ਓਪਨ ਹੋਈ ਸੀ ਫਲੂਸੀ, ਜਦੋਂ ਪਿਛਲੀ ਵਾਰੀ ਓਪਨ ਹੋਈ ਸੀ। ਅਤੇ ਇਸ ਵਾਰ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਵਾ ਕਿ 1 ਸਾਲ ਬਾਅਦ, ਕਿਉਂਕਿ ਪਹਿਲਾਂ ਜਦੋਂ ਕਰੋਨਾ ਆਉਣ ਤੋਂ ਪਹਿਲਾਂ 1 ਸਾਲ ਬਾਅਦ ਫਲੂਸੀ ਖੁੱਲ੍ਹਦੀ ਹੁੰਦੀ ਸੀ ਇਟਲੀ ਦੇ ਵਿੱਚ, ਹਰ ਸਾਲ ਫਲੂਸੀ ਖੁੱਲ੍ਹਣੀ ਸੀ। ਬਟ ਬਾਅਦ ਵਿੱਚ ਕਰੋਨਾ ਆਉਣ ਕਰਕੇ 1 ਅੱਧਾ ਸਾਲ ਫਲੂਸੀ ਜਿਹੜੀ ਉਹ ਨਹੀਂ ਖੁੱਲ੍ਹੀ, ਪੇਪਰ ਓਪਨ ਨਹੀਂ ਹੋਏ, ਠੀਕ ਆ। ਅਤੇ ਹੁਣ ਫਿਰ ਤੋਂ ਜਿਹੜੇ ਪੇਪਰ ਓਪਨ ਹੋਣ ਜਾ ਰਹੇ ਆ, ਕਿਉਂਕਿ ਸਰਕਾਰ ਦਾ ਵੀ ਅੱਗੇ ਬਿਆਨ ਆ ਚੁੱਕਿਆ ਵੀ ਆਪਾਂ ਪੇਪਰ ਓਪਨ ਕਰਨੇ ਆ। ਸਭ ਤੋਂ ਪਹਿਲਾਂ ਬਿਆਨ ਜਿਹੜਾ ਸਰਕਾਰ ਦਾ ਉਹ ਇਹ ਆਇਆ ਸੀ ਕਿ ਜਿਹੜੇ ਪੇਪਰ ਆ ਉਹ ਬਹੁਤ ਜਲਦ ਆਪਾਂ ਓਪਨ ਕਰਨੇ ਆ। ਅਤੇ ਦੂਜਾ ਬਿਆਨ ਉਹਨਾਂ ਦਾ ਇਹ ਆ ਚੁੱਕਿਆ ਵਾ ਹੁਣ, ਠੀਕ ਆ, ਪਿਛਲੇ 2 ਦਿਨਾਂ ਵਿੱਚ ਬਿਆਨ ਆਇਆ, ਉਹ ਇਹ ਆਇਆ ਵਾ ਕਿ ਜਿਹੜੀ ਫਲੂਸੀ ਦੇ ਜਿਹੜਾ ਕੋਟਾ ਹੋਊਗਾ ਉਹ ਹੈਗਾ ਵਾ ਇਸ ਵਾਰ ਘੱਟੋ ਘੱਟ 80,000 ਤੋਂ ਪਲੱਸ ਕੋਟਾ ਵਾ। ਪਹਿਲਾਂ 1,00,000 ਕਿਹਾ ਜਾ ਰਿਹਾ ਸੀ, ਬਟ ਹੁਣ 80,000 ਕੋਟਾ ਹੋ ਚੁੱਕਿਆ ਵਾ, 80,000 ਤੋਂ ਪਲੱਸ ਹੋਊਗਾ, ਇਸ ਤੋਂ ਘੱਟ ਕੋਟਾ ਨਹੀਂ ਹੁੰਦਾ, ਠੀਕ ਆ। ਜਿਹੜੀ ਇਹ ਜਿਹੜਾ ਇਹ ਕੋਟਾ ਵਾ, ਜਿਹੜੀ ਇਹ ਇਮੀਗ੍ਰੇਸ਼ਨ ਜਾਂ ਫਲੂਸੀ ਆਪਾਂ ਜਿਹਨੂੰ ਆਪਾਂ ਕਹਿੰਦੇ ਪੇਪਰ ਜਿਹੜੇ ਓਪਨ ਹੋਣੇ ਆ, ਇਹ ਸਿਰਫ ਹੋਣੇ ਆ ਬਾਹਰੋਂ ਬੰਦੇ ਸੱਦਣ ਵਾਸਤੇ, ਨਾ ਕਿ ਜਿਹੜੇ ਬੰਦੇ ਇੱਥੇ 2 ਨੰਬਰ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਪੱਕੇ ਕਰਨ ਵਾਸਤੇ, ਠੀਕ ਆ। ਸਰਕਾਰ ਦਾ ਸਿਰਫ ਇਹੋ ਹੀ ਹਾਲੇ ਤੱਕ ਬਿਆਨ ਆਇਆ ਵਾ ਕਿ ਜਿਹੜੇ ਪੇਪਰ ਆ ਇਹ ਓਪਨ ਕਰਨੇ ਆ, ਜਿਹੜੇ ਬਾਹਰੋਂ ਬੰਦੇ ਸੱਦਣੇ ਆ ਅਤੇ ਇੱਥੇ ਆਣ ਕੇ ਉਹਨਾਂ ਨੂੰ ਕੰਮ ਕਰਾਉਣਾ ਵਾ, ਠੀਕ ਆ, ਨਾ ਕਿ ਜਿਹੜੇ ਬੰਦੇ ਇੱਥੇ 2 ਨੰਬਰ ਵਿੱਚ ਪਹਿਲਾਂ ਰਹਿ ਰਹੇ ਆ ਬੇਰੁਜ਼ਗਾਰ ਆ, ਕੰਮ ਨਹੀਂ ਉਹਨਾਂ ਨੂੰ ਮਿਲ ਰਿਹਾ, 2 ਨੰਬਰ ਦੇ ਵਿੱਚ ਕੰਮ ਲੰਮਾ ਥੋੜ੍ਹਾ ਔਖਾ ਹੁੰਦਾ ਵਾ, ਠੀਕ ਆ। ਅਤੇ ਉਹਨਾਂ ਨੂੰ ਪੱਕੇ ਕਰਨ ਦਾ ਸਰਕਾਰ ਦਾ ਕੋਈ ਵੀ ਬਿਆਨ ਨਹੀਂ ਆਇਆ, ਠੀਕ ਆ। ਅਤੇ ਸਰਕਾਰ ਇਹ ਵੀ ਚਾਹ ਰਹੀ ਆ ਕਿ ਜਿਹੜੇ 2 ਨੰਬਰ ਦੇ ਵਿੱਚ ਹੁਣ ਆ ਰਹੇ ਆ ਦੂਜੀਆਂ ਕੰਟਰੀਆਂ ਤੋਂ ਲੋਕ, ਕਿਸੇ ਵੀ ਕੰਟਰੀ ਦੇ ਵਿੱਚੋਂ ਇਟਲੀ ਦੇ ਵਿੱਚ ਐਂਟਰ ਹੋ ਰਹੇ ਆ, ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਸਰਕਾਰ ਵੀ ਕੋਈ 2 ਨੰਬਰ ਵਿੱਚ ਆਪਣੀ ਇਟਲੀ ਦੇ ਵਿੱਚ ਜਾਂ ਕਿਸੇ ਹੋਰ ਯੂਰਪ ਕੰਟਰੀ ਦੇ ਵਿੱਚ। ਕਿਉਂਕਿ ਤੁਹਾਨੂੰ ਇਹ ਪਤਾ ਵਾ ਕਿ ਜਿਹੜੀ ਸਰਕਾਰ ਹੁਣ ਨਵੀਂ ਬਣੀ ਆ ਜੋਰਜੀਆ ਮਲੋਨੀ ਦੀ, ਠੀਕ ਹੈ, ਇਹ ਥੋੜ੍ਹੀ ਜਿਹੀ ਸੱਤਾਨੇਰੀਆਂ ਦੇ ਖਿਲਾਫ਼ ਆ। ਸੱਤਾਨੇਰੀ ਮਤਲਬ ਕਿ ਜਿਹੜੇ ਦੂਜੀਆਂ ਕੰਟਰੀਆਂ ਤੋਂ ਲੋਕ ਆਉਂਦੇ ਉਹਨਾਂ ਨੂੰ ਸੱਤਾਨੇਰੀ ਆਉਂਦੇ ਆ ਇਟਲੀ ਇਟਾਲੀਅਨ ਲੈਂਗੁਏਜ ਦੇ ਵਿੱਚ, ਠੀਕ ਆ। ਉਹਨਾਂ ਇਹ ਥੋੜ੍ਹਾ ਜਿਹਾ ਖਿਲਾਫ਼ ਆ, ਖਿਲਾਫ਼ ਇਸ ਕਰਕੇ ਆ ਕਿ ਉਹ ਕਹਿੰਦੇ ਆ ਕਿ ਜਿੰਨੇ ਵੀ ਸੱਤਾਨੇਰੀ ਆ ਉਹ ਸਾਰੇ ਆਪਾਂ ਇੱਥੋਂ ਮਤਲਬ ਕਿ ਕੱਢ ਦੇਣੇ ਆ, ਅਤੇ ਬਟ ਇਹ ਕਦੀ ਵੀ ਪੋਸੀਬਲ ਨਹੀਂ ਹੋ ਸਕਦਾ। ਤੁਸੀਂ ਆਪੇ ਹੀ ਵੇਖੋ ਕਿ ਉਹਨਾਂ ਦੀ ਸਰਕਾਰ ਤੋਂ ਬਾਅਦ ਵੀ ਹੋਣਾ ਉਹਨਾਂ ਨੂੰ, ਕਿਉਂਕਿ ਜੇਕਰ ਉਹ ਸਾਰੇ ਪੇਪਰ ਮਤਲਬ ਕਿ ਕੱਢ ਦੇਣ, ਠੀਕ ਹੈ, ਪੇਪਰ ਕਹਿ ਦੇਣਾ ਵਾ ਮੈਂ ਜਿਹੜੇ ਬੰਦੇ ਆ ਸਾਰੇ ਕੱਢ ਦੇਣ ਜਿਹੜੇ ਦੂਜੀਆਂ ਕੰਟਰੀਆਂ ਤੋਂ ਆਏ ਆ, ਫਿਰ ਇਟਲੀ ਬਹੁਤ ਔਖਾ ਚਲਾਉਣਾ ਹੋ ਜਾਣਾ, ਕਿਉਂਕਿ ਬਹੁਤ ਬੰਦੇ ਬਾਅਦ ਵਿੱਚ ਘੱਟ ਜਾਣੇ ਆ, ਕਿਉਂਕਿ ਬਹੁਤ ਸਾਰੇ ਕੰਮ ਆ ਜਿਹੜੇ ਆਪਣੇ ਲੋਕਾਂ ਨੇ ਆਣ ਕੇ ਇੱਥੇ ਆਣ ਕੇ ਕੰਮ ਜਿਹੜੇ ਆ ਆਪਣੀ ਜ਼ਿੰਮੇਵਾਰੀਆਂ 'ਤੇ ਸੰਭਾਲੇ ਹੋਏ ਸਾਰਿਆਂ ਨੂੰ, ਠੀਕ ਆ। ਅਤੇ ਜੇਕਰ ਇੱਦਾਂ ਉਹ ਕਰ ਦੇਵੇ ਕਿ ਸਾਰੇ ਹੀ ਜਿੰਨੇ ਵੀ ਲੋਕ ਹੈਗੇ ਆ ਸਾਰੇ ਬਾਹਰ ਕੱਢ ਦੇਣ ਇੱਥੋਂ, ਤਾਂ ਫਿਰ ਬਾਅਦ ਵਿੱਚ ਇਟਲੀ ਦਾ ਚੱਲਣਾ ਬਹੁਤ ਔਖਾ ਹੋ ਜਾਣਾ ਵਾ, ਇਸ ਕਰਕੇ ਉਹ ਇਸ ਤਰ੍ਹਾਂ ਕਰ ਨਹੀਂ ਸਕਦੀ। ਦੂਜੀ ਗੱਲ ਹੋਰ ਹੈਗੀ ਆ ਕਿ ਜਿਹੜੇ ਵੱਡੇ ਵੱਡੇ ਸਟੋਰਾਂ ਵਾਲੇ ਆ ਜਾਂ ਕੰਪਨੀਆਂ ਖੇਤਾਂ ਵਾਲੇ, ਜਿਹਨੂੰ ਕੰਪਨੀਆਂ ਕਹਿੰਦੇ ਖੇਤਾਂ ਨੂੰ, ਠੀਕ ਹੈ, ਖੇਤਾਂ ਵਾਲੇ ਆ, ਇਹ ਸਾਰੇ ਆਪਾਂ ਨੂੰ
ਉਹ ਸਾਰਿਆਂ ਨੇ ਹੁਣ ਇਕੱਠੇ ਹੋ ਕੇ ਸਰਕਾਰ ਕੋਲੋਂ ਗਏ ਆ ਅਤੇ ਉਹਨਾਂ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਸਾਨੂੰ ਬੰਦਿਆਂ ਦੀ ਲੋੜ ਆ, ਤੁਸੀਂ ਫਲੂਸੀ ਓਪਨ ਕਰੋ। ਅਤੇ ਉਸ ਤੋਂ ਬਾਅਦ ਸਰਕਾਰ ਦਾ ਜਿਹੜਾ ਬਿਆਨ ਆਇਆ ਵਾ ਕਿਹੜੀ ਫਲੂਸੀ ਆ ਉਹ ਬਹੁਤ ਜਲਦੀ ਆਪਾਂ ਓਪਨ ਕਰਨ ਜਾ ਰਹੇ ਹਾਂ, ਠੀਕ ਹੈ। ਅਤੇ ਜਿਹੜੀ ਫਲੂਸੀ ਦੀ ਆਪਾਂ ਨੂੰ ਡੇਟ ਮਿਲ ਸਕਦੀ ਆ, ਠੀਕ ਹੈ, ਉਹ ਹੈਗਾ ਵਾ ਕਿ ਅਗਲੇ 10 ਜਾਂ 15 ਦਿਨਾਂ ਵਿੱਚ ਆਪਾਂ ਨੂੰ ਕੋਈ ਡੇਟ ਵੀ ਸੁਣਾਈ ਜਾ ਸਕਦੀ ਹੈ ਸਰਕਾਰ ਵੱਲੋਂ ਕਿ ਕਿਹੜੀ ਡੇਟ ਨੂੰ ਜਿਹੜਾ ਕਲਿੱਕ ਡੇਟ ਹੋਣਾ ਵਾ, ਕਦੋਂ ਪੇਪਰ ਭਰੇ ਜਾਣੇ ਆ, ਠੀਕ ਹੈ, ਕਿਹੜੇ ਕਿਹੜੇ ਪੇਪਰ ਹੋ ਸਕਦੇ, ਇਹ ਸਾਰਾ ਕੁਛ ਆਪਾਂ ਨੂੰ ਅਗਲੇ 10-15 ਦਿਨਾਂ ਵਿੱਚ ਪਤਾ ਲੱਗ ਸਕਦਾ ਵਾ। ਜਿਹੜਾ ਕਿਹਾ ਜਾ ਰਿਹਾ ਵਾ, ਠੀਕ ਹੈ, ਉਹ ਇਹੋ ਕਿਹਾ ਜਾ ਰਿਹਾ ਕਿਹੜੇ ਪੇਪਰ ਆ ਉਹ, ਜਿਵੇਂ ਕਿ ਪਿਛਲੀ ਵਾਰ 27 ਜਨਵਰੀ ਅਤੇ 1 ਫਰਵਰੀ ਨੂੰ ਪੇਪਰ ਹੋਏ ਸੀ, ਇਸ ਵਾਰ ਵੀ ਇਹੋ ਡੇਟਾਂ ਦੇ ਵਿੱਚ ਕੁਝ 2-3 ਦਿਨ ਉੱਤੇ ਥੱਲੇ ਹੋ ਜਾਣਗੇ, ਬਟ ਇਹੋ ਡੇਟਾਂ ਵਿੱਚ ਜਿਹੜੇ ਪੇਪਰ ਆ ਉਹ ਫਿਰ ਤੋਂ ਨਿਕਲਣ ਦੇ ਚਾਂਸ ਹੈਗੇ ਆ, ਠੀਕ ਹੈ। ਅਤੇ ਜਦੋਂ ਹੀ ਆਪਾਂ ਨੂੰ ਕੋਈ ਡੇਟ ਡੂਟ ਮਿਲਦੀ ਹੈ ਇਸ ਦੇ ਪੇਪਰਾਂ ਬਾਰੇ ਅਕੋਰਡਿੰਗ, ਆਪਾਂ ਤੁਹਾਨੂੰ ਨਾਲ ਹੀ ਵੀਡੀਓ ਅਪਲੋਡ ਕਰਕੇ ਸਾਰਾ ਕੁਝ ਦੱਸ ਦੇਵਾਂਗੇ। ਅਤੇ ਇਸ ਵੀਡੀਓ 'ਚ ਸਿਰਫ ਇੰਨਾ ਹੀ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ ਕੋਈ ਨਵੀਂ ਅਪਡੇਟ ਦੇ ਨਾਲ ਅਤੇ ਕੋਈ ਨਵੀਂ ਨਿਊਜ਼ ਦੇ ਨਾਲ। ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ, ਅਤੇ ਟੇਕ ਕੇਅਰ ਜੀ, ਅਤੇ ਬਾਏ ਬਾਏ ਜੀ।